गिप्पी गरेवाल और उनका दौरा पाकिस्तान, वापस इंडिया जाकर पाकिस्तान की तारीफ किए बगैर ना रह सके। कहा, पाकिस्तान को देखकर ऐसा लगा कि जैसे पाकिस्तान नहीं कनाडा हो। सुनिए उन्हीं की जुबानी। मेरे वाला पिंड सीगा जेड़ा, वो पिंड थोड़ा बैकवर्ड पिंड सीगा, मतलब उस एरिए दे विच थोड़ा कम कहिए भी सड़क सुड़क कच्चिया सीगिया, उस एरिए च नूं जाके पिंड भी थोड़ा बहुत बड़ा डिवेलप्ड पिंड नहीं सीगा, वो सीगा। पर जे हुण तुसीं इधरले पासे नूं आंदे सी ननका, जदों मैं ननकाणा साहब गया जां जदों मैं इस्लामाबाद गया जां, ਉਥੇ ਤਾਂ ਕਮਾਲ ਸੀ ਭਾਜੀ, ਐ ਲੱਗਦਾ ਜਿਵੇਂ ਕੈਨੇਡਾ ਕਨੂਡਾ ਤੁਰੇ ਫਿਰਦੇ ਆ। ਅੱਛਾ, ਮਤਲਬ ਇੰਨੀਆਂ ਵਧੀਆ ਅੱਛੀਆਂ ਸੜਕਾਂ, ਮੋਟਰਵੇ ਬਣੇ ਹੋਏ ਸੀ ਬਹੁਤ ਸੋਹਣੇ, ਔਰ ਗੱਡੀਆਂ ਐਨ ਵਧੀਆ ਸਪੀਡ ਤੇ ਚੱਲਦੀਆਂ, ਕੋਈ ਹਲੋਰਾ ਨੀ, ਕੋਈ ਜੰਪ ਨੀ। ਮੈਂ ਦੇਖਦੇ, ਮੈਂ ਕਿਹਾ ਯਾਰ ਆਪਾਂ ਪਾਕਿਸਤਾਨ ਆਏ ਆ, ਪਤਾ ਤਾਂ ਕਰ ਲਓ ਵੀ ਆਪਾਂ ਤਾਂ ਗੱਲਾਂ ਹੀ ਸੁਣੀਆਂ ਨੇ, ਵੀ ਕਹਿੰਦੇ ਏਦਾਂ ਨੀ। ਪਰ ਬਹੁਤ ਅੱਛਾ ਉਹਨਾਂ ਨੇ ਬਣਾਇਆ ਹੋਇਆ ਸੀਗਾ, ਔਰ ਬਹੁਤ ਵਧੀਆ ਐਨ ਪ੍ਰੋਪਰ, ਹਰ ਜਗ੍ਹਾ ਤੇ ਜਿੱਥੇ ਰੁਕਦੇ ਸੀ ਗੱਡੀ ਉਤਰਦੀ ਸੀ, ਪ੍ਰੋਪਰ ਰੈਸਟ ਰੂਮ ਬਣੇ ਹੋਏ ਸੀਗੇ, ਵਾਸ਼ਰੂਮ ਜਾਓ ਉੱਥੇ ਖਾਣ ਪੀਣ ਨੂੰ ਬਣਿਆ ਹੋਇਆ ਸੀਗਾ, ਸਾਰੀਆਂ ਚੀਜ਼ਾਂ ਸੀ, ਔਰ ਬਾਥਰੂਮ ਬੜੇ ਬਹੁਤ ਹੀ ਵਧੀਆ ਬਣੇ ਹੋਏ ਸੀਗੇ ਰੋਡਾਂ ਦੇ ਉੱਤੇ, ਸਾਈਡਾਂ ਤੇ ਨਿਕਲ ਕੇ, ਔਰ ਸੜਕ ਦੇ ਉੱਤੇ ਮੋਟਰਵੇ ਤੇ ਕੋਈ ਪਿੰਡ, ਕੋਈ ਆਲਤੂ ਫਾਲਤੂ, ਕੋਈ ਗਾਂ ਬੱਚਾ ਕੱਟਾ ਕੁਛ ਨੀ ਆਸਦਾ, ਸੈਪਰੇਟ ਮੋਟਰਵੇ ਬਣੇ ਹੋਏ ਨੇ ਇਹਨਾਂ ਦੇ, ਬਹੁਤ ਵਧੀਆ। ਸੋ ਉੱਥੇ ਮੈਨੂੰ ਤਾਂ ਮੈਂ ਉਦੋਂ ਉਹ ਰੋਡਾਂ ਤੇ ਗਿਆ, ਔਰ ਉਸ ਬਾਕੀ ਲਾਹੌਰ ਤਾਂ ਜਿੱਦਾਂ ਪੁਰਾਣਾ ਹੋਇਆ ਪਰ ਵਧੀਆ ਡਿਵੈਲਪ ਹੋਇਆ ਹੋਇਆ ਬਹੁਤ, ਉਹਨਾਂ ਨੇ ਅੰਦਰ ਕਲਚਰ ਬਹੁਤ ਸੰਭਾਲ ਕੇ ਰੱਖਿਆ ਹੋਇਆ ਵਾ। ਜਿੱਥੇ ਰੈਸਟੋਰੈਂਟ ਸੀਗੇ ਜਿੱਥੇ ਮੈਂ ਰਾਤ ਨੂੰ ਖਾਣਾ ਖਾਧਾ, ਉਹ ਪੁਰਾਣੀਆਂ ਪਤਾ ਨੀ ਕਿੰਨੇ ਸੌ ਸਾਲ, ਮਤਲਬ 1800 ਸਮਥਿੰਗ ਦੀਆਂ ਹਵੇਲੀਆਂ ਹਵੇਲੀਆਂ ਹੋਣੀਆਂ ਨੇ, ਜਿਨ੍ਹਾਂ ਦੀਆਂ ਇੰਨੀਆਂ ਇੰਨੀਆਂ ਕਪੌੜੀਆਂ ਸੀ, ਵਿੱਚ ਦੀ ਐਂ ਕਰਕੇ ਚੜ੍ਹਨਾ ਪੈਂਦਾ ਸੀ, ਉੱਪਰ ਜਾਂਦੇ ਸੀ ਨਾ ਤੇ ਐਨ ਕੈਂਡਲ ਲਾਈਟ ਡਿਨਰ ਲੱਗੇ ਹੋਏ ਸੀ, ਬੜੇ ਘੈਂਟ ਘੈਂਟ, ਉੱਥੇ ਕੋਈ ਗਾ ਰਿਹਾ ਪਾਕਿਸਤਾਨੀ, ਕੋਈ ਫੀਮੇਲ ਇੱਕ ਗਾ ਰਹੇ ਸੀ, ਬੜੀ ਸੁਰੀਲੀ ਪੰਜਾਬੀ ਫੋਕ ਐਨ ਪ੍ਰੋਪਰ, ਤੇ ਉੱਥੇ ਲੋਕ ਬੈਠੇ ਨੇ ਤੇ ਵਿਊ ਬਹੁਤ ਸੋਹਣਾ, ਇੱਕ ਪਾਸੇ ਮਹਾਰਾਜਾ ਰਣਜੀਤ ਸਾਹਿਬ ਗੁਰਦੁਆਰਾ ਸੀਗਾ ਤੇ ਇੱਕ ਪਾਸੇ ਸੀਗੀ ਕੋਈ ਮੇਰੇ ਖਿਆਲ ਮਸਜਿਦ ਸੀਗੀ, ਇੱਕ ਕੋਈ ਕਿਲਾ ਸੀਗਾ, ਉਹਦਾ ਵਿਊ ਸੀ ਬਹੁਤ ਅੱਛਾ ਹਨਾ। ਸੋ ਸਾਰੀਆਂ ਚੀਜ਼ਾਂ ਉੱਥੋਂ ਦਿਖਦੀਆਂ ਸੀਗੀਆਂ, ਵਿਊ ਬੜੇ ਅੱਛੇ ਸੀ, ਸੋਹਣੇ ਸੀ, ਬਣਾਏ ਬਹੁਤ ਅੱਛੇ ਹੋਏ ਨੇ।